ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਸ ਕਰਦਾ ਕਿ ਤੁਹਾਡੇ ਹਾਲ ਚਾਲ ਵਧੀਆ ਹੋਣਗੇ ਫਸਲਾਂ ਤੁਹਾਡੀਆਂ ਬਹੁਤ ਵਧੀਆ ਹੋਣਗੀਆਂ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਨਰਮੇ ਦੇ ਰੇਟ ਵੀ ਚੰਗੇ ਰਹਿਣ ਦੇ ਚਾਂਸਸ ਆ ਅਤੇ ਫਸਲ ਵੀ ਚੰਗੀ ਚੱਲ ਰਹੀ ਹੈ ਸੋ ਇੱਕ CICR ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਜਿਹੜੀ ਪੰਜਾਬ ਹਰਿਆਣਾ ਰਾਜਸਥਾਨ ਅਤੇ ਗੁਜਰਾਤ ਅਤੇ ਕਿਸਾਨਾਂ ਲਈ ਮੇਨ ਆ ਉਹਦਾ ਪੰਜਾਬੀ ਵਰਜਨ ਅਤੇ ਹਿੰਦੀ ਵਰਜਨ ਤੁਸੀਂ ਵੀਡੀਓ ਦੀ ਡਿਸਕ੍ਰਿਪਸ਼ਨ 'ਚੋਂ ਡਾਊਨਲੋਡ ਕਰ ਸਕਦੇ ਹੋ ਉਹਦੇ ਮੁਤਾਲਕ ਤੁਹਾਡੇ ਨਾਲ ਕੁਝ ਗੱਲਬਾਤ ਕਰਨੀ ਆ ਕਿ ਗੁਲਾਬੀ ਸੁੰਡੀ ਦਾ ਅਟੈਕ ਕੁਝ ਜ਼ਿਲ੍ਹਿਆਂ ਦੇ ਵਿੱਚ ਕੁਝ ਸਟੇਟਾਂ ਦੇ ਵਿੱਚ ਦੇਖਿਆ ਗਿਆ ਥੋੜ੍ਹੇ ਥੋੜ੍ਹੇ ਥਾਵਾਂ ਦੇ ਵਿੱਚ ਇਹਨੂੰ ਆਪਾਂ ਸੀਰੀਅਸ ਲੈਣਾ ਪਊਗਾ ਤੁਸੀਂ ਆਪਣੇ ਖੇਤਾਂ ਦੀ ਜਾਂਚ ਕਰਦੇ ਰਹੋ ਜਿੱਥੇ ਵੀ ਤੁਹਾਨੂੰ ਗੁਲਾਬੀ ਸੁੰਡੀ ਦਾ ਅਟੈਕ ਮਿਲਦਾ ਉਹਨਾਂ ਦੀਆਂ ਰਿਕਮੈਂਡੇਸ਼ਨਾਂ ਤੁਹਾਨੂੰ ਫੋਲੋ ਕਰਨੀਆਂ ਪੈਣਗੀਆਂ ਕਿਉਂਕਿ ਰਨਿੰਗ ਕਰੋਪ ਵਿੱਚ ਆਪਾਂ ਕਿਸੇ ਵੀ ਤਰ੍ਹਾਂ ਦੀ ਕੋਈ ਰਿਸਕ ਨਹੀਂ ਲੈ ਸਕਦੇ ਸੋ ਇਹ ਇੱਕ ਗੁਲਾਬੀ ਸੁੰਡੀ ਵਾਲਾ ਜਿਹੜਾ ਇੱਕ ਘਬਰਾਉਣ ਵਾਲਾ ਸਿਸਟਮ ਜ਼ਰੂਰ ਹੈਗਾ ਪਰ ਇਹਨੂੰ ਕਿਸੇ ਪੁਰਾਣੇ ਪੈਸਟੀਸਾਈਡ ਦੇ ਨਾਲ ਹੱਲ ਨਹੀਂ ਕੀਤਾ ਜਾ ਸਕਦਾ ਸੋ ਆਪਾਂ ਜਿਹੜੀਆਂ CICR ਵੱਲੋਂ ਰਿਕਮੈਂਡੇਸ਼ਨਾਂ ਹੈਗੀਆਂ ਉਹ ਵੀ ਤੁਹਾਨੂੰ ਦੱਸਾਂਗੇ ਕਿ ਇਹਦੇ ਲਈ ਕਿਹੜੀਆਂ ਕਿਹੜੀਆਂ ਰਿਕਮੈਂਡੇਸ਼ਨਾਂ ਆਈਆਂ ਹੋਈਆਂ ਇਹਦੇ ਲਈ ਡੈਲੀਗੇਟ ਦੀ ਰਿਕਮੈਂਡੇਸ਼ਨ ਆਈ ਹੋਈ 170 ml ਪ੍ਰਤੀ 200 ਲੀਟਰ ਪਾਣੀ ਕਿੱਲੇ ਵਾਸਤੇ ਅਤੇ ਜਿਹੜੀ PAU ਦੀ ਰਿਕਮੈਂਡੇਸ਼ਨ ਆਈ ਹੋਈ ਹੈ ਉਹ ਥਾਇਓਕਾਰਬ ਦੀ ਆਈ ਹੋਈ ਹੈ ਰਿਕਮੈਂਡੇਸ਼ਨ ਤੁਸੀਂ ਉਹ ਵੀ ਫੋਲੋ ਕਰ ਸਕਦੇ ਹੋ ਉਹਦੇ ਨਾਲ ਵੀ ਜਿਹੜੀ ਗੁਲਾਬੀ ਸੁੰਡੀ ਹੈ ਕਾਫੀ ਜ਼ਿਆਦਾ ਕੰਟਰੋਲ ਹੋ ਸਕਦੀ ਹੈ ਜਾਂ ਪਰਫੈਨੋਫੋਸ ਅੱਧਾ ਲੀਟਰ ਪਰਫੈਨੋਫੋਸ 50% EC ਜਿਹੜੀ ਆਉਂਦੀ ਆ ਉਹਨੂੰ ਵੀ ਤੁਸੀਂ ਜਿਹੜੀ ਜੂੰ ਕੰਟਰੋਲ ਕਰਨ ਲਈ ਤੁਸੀਂ ਯੂਜ਼ ਕਰਦੇ ਹੋ ਉਹਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ ਪਰ ਬਹੁਤੇ ਫਾਰਮਰ ਐਮਾਮੈਕਟਨ ਬੈਂਜੂਏਟ 100 ਗ੍ਰਾਮ ਦੀ ਵਰਤੋਂ ਕਰ ਰਹੇ ਜਿਹੜੀ 5% ਫਾਰਮੂਲੇਸ਼ਨ ਗ੍ਰੈਨੂਅਰ ਫਾਰਮੂਲੇਸ਼ਨ ਦੇ ਵਿੱਚ ਆਉਂਦੀ ਹੈ ਤਾਂ ਉਹਦਾ ਹਾਈ ਟੈਂਪਰੇਚਰ 'ਤੇ ਕਈ ਵਾਰ ਘੱਟ ਕੰਟਰੋਲ ਹੁੰਦਾ ਜ਼ਿਆਦਾ ਵਧੀਆ ਰਿਜ਼ਲਟ ਨਹੀਂ ਮਿਲਦੇ ਹੈਗੇ ਸੋ ਉਹ ਇੱਕ ਪੁਰਾਣਾ ਜਿਹੜਾ ਟੈਕਨੀਕਲ ਆ ਉਹਦੀ ਆਪਾਂ ਵਰਤੋਂ ਆਪਣੀ ਲੋੜ ਅਨੁਸਾਰ ਕਰ ਸਕਦੇ ਹਾਂ ਪਰ ਜਿਹੜੀ ਮੇਨ ਤੁਹਾਡੇ ਨਾਲ ਮੈਂ ਜਾਣਕਾਰੀ ਸਾਂਝੀ ਕਰਨੀ ਆ ਕਿ ਜਿਹੜੀ ਨਰਮੇ ਦੀ ਫਸਲ ਨੂੰ ਇਹਨਾਂ ਦਿਨਾਂ ਵਿੱਚ ਜ਼ਿਆਦਾ ਜ਼ਰੂਰਤ ਆ ਉਹ ਤੁਸੀਂ ਸੈੱਲ ਮੈਂਟੇਨ ਰੱਖੋ ਪਾਣੀ ਦਾ ਜ਼ਿਆਦਾ ਖੁਸ਼ਕੀ ਨਾ ਲੱਗਣ ਦਿਓ ਪੱਛਮੀ ਹਵਾਵਾਂ ਲਗਾਤਾਰ ਕਾਫੀ ਦਿਨਾਂ ਤੋਂ ਚੱਲ ਰਹੀਆਂ ਅਤੇ ਹੋਰ 4-5 ਦਿਨ 8 ਦਿਨ ਚੱਲ ਸਕਦੀਆਂ ਜਿਹਦੇ ਕਰਕੇ ਤੁਹਾਡੇ ਖੇਤਾਂ ਦੇ ਵਿੱਚ ਅਗਰ ਜ਼ਿਆਦਾ ਡਰਾਊਟ ਬਣਦਾ ਤਾਂ ਫਰੂਟ ਲੱਗਿਆ ਹੋਇਆ ਪਾਣੀ ਲੱਗਣ ਤੋਂ ਬਾਅਦ ਸ਼ਾਇਦ ਡਿੱਗ ਪੈਣਾ ਤੁਸੀਂ ਖੁਰਾਕੀ ਤੱਤਾਂ ਦੇ ਵਿੱਚ ਪੋਟਾਸ਼ ਨੂੰ ਬੋਰਨ ਨੂੰ ਜ਼ਿੰਕ ਨੂੰ ਨਾਈਟ੍ਰੋਜਨ ਫਾਸਫੋਰਸ ਫੋਲੀਅਰ ਰੂਪ ਦੇ ਵਿੱਚ ਸਪਰੇਅ ਕਰਦੇ ਰਹਿਣਾ ਅਤੇ ਇਸ ਤੋਂ ਇਲਾਵਾ ਜੇਕਰ ਤੁਹਾਡੇ ਖੇਤਾਂ ਦੇ ਵਿੱਚ ਥੋੜ੍ਹੀ ਬਹੁਤੀ ਮਾਤਰਾ ਦੇ ਵਿੱਚ ਚਿੱਟੇ ਮੱਖੀ ਚਿੱਟੇ ਤੇਲੇ ਦੀ ਕਹਿ ਸਕਦੇ ਜਾਂ ਹਰੇ ਤੇਲੇ ਦੀ ਐਫਿਡ ਦਾ ਜਾਂ ਜੈਸਿਡ ਦਾ ਹਮਲਾ ਹੁੰਦਾ ਜਾਂ ਵਾਈਟ ਫਲਾਈ ਦਾ ਜਾਂ ਅੱਜ ਕੱਲ੍ਹ ਮਿੱਲੀ ਬਗ ਦੇ ਵੀ ਕਾਫੀ ਕੇਸ ਆ ਰਹੇ ਆ ਪਰ ਮਿੱਲੀ ਬਗ ਤੋਂ ਬਾਹਲਾ ਜ਼ਿਆਦਾ ਕੋਈ ਘਬਰਾਉਣ ਵਾਲੀ ਜ਼ਰੂਰਤ ਨਹੀਂ ਹੈਗੀ ਉਹਦੇ ਕੋਈ ਜ਼ਿਆਦਾ ਤੁਹਾਨੂੰ ਗੌਰ ਕਰਨ ਦੀ ਲੋੜ ਨਹੀਂ ਹੈਗੀ ਪਰ ਚਿੱਟੀ ਮੱਖੀ ਅਤੇ ਹਰੇ ਤੇਲੇ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਉਹਦੇ ਕੰਟਰੋਲ ਦੇ ਲਈ ਜਿਹੜੀ CICR ਦੁਆਰਾ ਐਡਵਾਈਜ਼ਰੀ ਦੇ ਵਿੱਚ ਗੱਲਬਾਤ ਕੀਤੀ ਗਈ ਹੈ ਉਹਦੇ ਲਈ ਬਾਸਫ ਦਾ ਸਫੀਨਾ 400 ml ਪ੍ਰਤੀ ਏਕੜ ਦੇ ਲਈ ਰਿਕਮੈਂਡਡ ਆ ਅਤੇ ਇਸ ਤੋਂ ਇਲਾਵਾ ਉਲਾਲਾ 80 ਗ੍ਰਾਮ ਪ੍ਰਤੀ ਏਕੜ ਰਿਕਮੈਂਡਡ ਆ ਅਤੇ ਜਿਹੜੇ ਕਿਸਾਨ ਕੁਝ ਇਸ ਤਰ੍ਹਾਂ ਦੇ ਪੈਸਟੀਸਾਈਡ ਯੂਜ਼ ਕਰਦੇ ਜਿਹੜੇ ਰਿਕਮੈਂਡਡ ਨਹੀਂ ਹੁੰਦੇ ਜਿਵੇਂ ਪੈਰੀਫਰੋਕਸੀਫੇਨਾ ਜਾਂ ਡਾਇਫੈਂਥਰੋਨ ਦੇ ਮਿਕਸਚਰ ਆਉਂਦੇ ਆ ਜਾਂ ਅਮੀਡਾ ਕਲੋਰਪਿਡ ਜਾਂ ਪ੍ਰਾਈਡ ਦੇ ਮਿਕਸਚਰ ਆਉਂਦੇ ਆ ਜਾਂ ਹੋਰ ਤਰ੍ਹਾਂ ਦੇ ਜਿਹੜੇ ਟੈਕਨੀਕਲ ਜਿਹੜੇ ਖੁਸ਼ਕ ਆ ਖੁਸ਼ਕ ਮੌਸਮ ਦੇ ਵਿੱਚ ਜੋ ਸਪਰੇਅ ਹੋ ਜਾਂਦੇ ਆ ਤਾਂ ਨਰਮੇ ਦੀ ਫਸਲ ਉੱਪਰ ਸਟ੍ਰੈਸ ਕ੍ਰੀਏਟ ਕਰ ਦਿੰਦੇ ਆ ਜਿਹਦੇ ਕਰਕੇ ਕੁਝ ਦਿਨਾਂ ਬਾਅਦ ਨਰਮੇ ਦੀ ਫਸਲ ਪੀਲੀ ਪੈ ਜਾਂਦੀ ਹੈ ਅਤੇ ਪੱਤੇ ਸਟਿਗਣੇ ਸ਼ੁਰੂ ਹੋ ਜਾਂਦੇ ਜਿਹਨੂੰ ਤੁਸੀਂ ਕਹਿ ਦਿੰਦੇ ਹੋ ਇਹਦਾ ਖੇੜਾ ਪੈ ਗਿਆ ਜੀ ਝੁਲਸ ਪੈ ਗਿਆ ਅਸਲ ਦੇ ਵਿੱਚ ਉਹ ਪੈਸਟੀਸਾਈਡ ਟੌਕਸਿਸਿਟੀ ਹੁੰਦੀ ਹੈ ਜਿਹੜੀ ਕਿਸੇ ਤਰੀਕੇ ਦੇ ਨਾਲ ਬਾਅਦ 'ਚ ਰਿਕਵਰ ਕਰਨੀ ਮੁਸ਼ਕਲ ਹੁੰਦੀ ਹੈ ਸੋ ਪਿਛਲੇ ਸਾਲ ਵੀ ਤੁਸੀਂ ਕਾਫੀ ਕਿਸਾਨਾਂ ਨੇ ਉਹਦਾ ਖਮਿਆਜ਼ਾ ਭੁਗਤਿਆ ਸੋ ਪਿਛਲੀਆਂ ਗਲਤੀਆਂ ਤੋਂ ਆਪਾਂ ਨੂੰ ਸਿੱਖ ਲੈਣਾ ਚਾਹੀਦਾ ਇਸ ਵਾਰ ਉਹਨਾਂ ਹੀ ਸਾਰੇ ਪੈਸਟੀਸਾਈਡਾਂ ਤੋਂ ਗਰੇਜ਼ ਕਰਨਾ ਚਾਹੀਦਾ ਮੇਨ ਕੰਮ ਜਿਹੜਾ ਹੈਗਾ ਆਪਾਂ ਕੀੜੇ ਮਕੌੜਿਆਂ ਨੂੰ ਮਾਰਨ 'ਤੇ ਲੱਗ ਰਹੇ ਹਾਂ ਮਾਰਨਾ ਨਹੀਂ ਹੈਗਾ ਕੰਟਰੋਲ ਕਰਨਾ ਹੈਗਾ ਉਹਨਾਂ ਦਾ ETL ਲੈਵਲ ਵਧਣ ਨਹੀਂ ਦੇਣਾ ਕੰਟਰੋਲ ਰੱਖਣਾ ਹੈਗਾ ਸੋ ਇਹਨਾਂ ਦੋ ਬੁੱਕਸ ਦੇ ਵਿੱਚ ਵੀ ਆਪਾਂ ਨਰਮੇ ਦੇ ਬਾਰੇ ਹਿੰਦੀ ਅਤੇ ਪੰਜਾਬੀ ਦੇ ਵਿੱਚ ਗੱਲਬਾਤ ਕੀਤੀ ਹੈ ਕਿ ਕਿਸ ਤਰ੍ਹਾਂ ਤੁਸੀਂ ਆਪਣੇ ਨਰਮੇ ਦੀ ਫਸਲ ਦਾ ਵਧੀਆ ਰੱਖ ਰਖਾਵ ਕਰ ਸਕਦੇ ਹੋ ਪੈਸੇ ਵੀ ਬਚਾਉਣੇ ਆ ਜ਼ਮੀਨ ਦੀ ਸਿਹਤ ਵੀ ਬਣਾ ਕੇ ਰੱਖਣੀ ਆ ਅਤੇ ਨਾਲ ਹੀ ਤੁਸੀਂ ਇੱਕ ਨਰਮੇ ਦੀ ਚੰਗੀ ਪੈਦਾਵਾਰ ਵੀ ਲੈ ਸਕਦੇ ਹੋ ਐਮਾਜੋਨ 'ਤੇ ਦੋਨੇ ਹੀ ਕਿਤਾਬਾਂ ਅਵੇਲੇਬਲ ਨੇ ਨਰਮੇ ਦੀ ਫਸਲ ਨਾਲ ਸੰਬੰਧ ਹਿੰਦੀ ਅਤੇ ਪੰਜਾਬੀ ਵਰਜਨ ਐਮਾਜੋਨ 'ਤੇ ਅਵੇਲੇਬਲ ਆ ਤੁਸੀਂ ਲਿੰਕ ਨੂੰ ਫੋਲੋਅਪ ਕਰਕੇ ਡਿਸਕ੍ਰਿਪਸ਼ਨ 'ਚੋਂ ਬੁੱਕ ਤੱਕ ਰੀਚ ਕਰ ਸਕਦੇ ਹੋ ਜੇਕਰ ਤੁਹਾਨੂੰ ਵੀਡੀਓ ਲੱਗਦੀਆਂ ਚੰਗੀਆਂ
ਤੁਹਾਡੇ ਹੈਲਪਫੁਲ ਆ। ਆਪਦੇ ਨੇੜਲੇ ਕਿਸਾਨਾਂ ਦੇ ਨਾਲ ਆਪਦੇ ਸਰਕਲ ਦੇ ਵਿੱਚ ਸਾਂਝੀਆਂ ਜ਼ਰੂਰ ਕਰਿਆ ਕਰੋ। ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਨੂੰ ਵੀਡੀਓ ਇਸੇ ਤਰ੍ਹਾਂ ਨਰਮੇ ਦੇ ਨਾਲ ਸੰਬੰਧਿਤ ਹੋਰ ਫਸਲਾਂ ਦੇ ਨਾਲ ਸੰਬੰਧਿਤ ਸਫਲ ਕਿਸਾਨਾਂ ਦੀਆਂ ਕਹਾਣੀਆਂ ਤੁਹਾਨੂੰ ਆਪਣੇ ਚੈਨਲ 'ਤੇ ਦੇਖਣ ਨੂੰ ਮਿਲਦੀਆਂ ਰਹਿਣਗੀਆਂ। ਆਸ ਕਰਦਾ ਵੀਡੀਓ ਚੰਗੀ ਲੱਗੀ ਹੋਵੇਗੀ ਅਤੇ ਤੁਸੀਂ ਹੋਰ ਕਿਸਾਨਾਂ ਨਾਲ ਜ਼ਰੂਰ ਸਾਂਝੀ ਕਰੋਗੇ। ਬੈਲ ਆਈਕਾਨ ਕਲਿੱਕ ਕਰ ਲਿਓ, ਫੋਲੋ ਕਰ ਲਿਓ, ਲਾਈਕ ਕਰ ਲਿਓ, ਸਬਸਕ੍ਰਾਈਬ ਕਰ ਲਿਓ। ਕੋਈ ਵੀ ਸਵਾਲ ਹੋਇਆ ਕਮੈਂਟ ਕਰ ਸਕਦੇ ਹੋ। ਆਸ ਕਰਦਾ ਕਿ ਤੁਸੀਂ ਇਹ ਵੀਡੀਓ ਹੋਰ ਕਿਸਾਨਾਂ ਨਾਲ ਜ਼ਰੂਰ ਸਾਂਝੀ ਕਰੋਗੇ। ਧੰਨਵਾਦ ਜੀ।